ਸਸੀ ਗਾਲ ਦੋਸਤੋ ਤੁਸੀਂ ਜੁੜ ਚੁੱਕੇ ਹੋ ਓਨਲੀ ਐਗਰੀਕਲਚਰ ਪੇਜ ਦੇ ਨਾਲ ਤੇ ਗੱਲ ਕਰਾਂਗੇ ਅੱਜ 8 ਨਵੰਬਰ 2023 ਦੇ ਜਿਹੜੇ ਬਾਸਮਤੀ ਦੇ ਭਾ ਕੀ ਰਹੇ ਨੇ ਇਹਨਾਂ ਤੇ ਚਰਚਾ ਕਰਾਂਗੇ ਕਿ ਅੱਜ ਕਿੱਥੇ-ਕਿੱਥੇ ਭਾ ਜਿਹੜੇ ਜ਼ਿਆਦਾ ਰਹੇ ਨੇ ਜਿਸ ਤਰ੍ਹਾਂ ਅਸੀਂ ਪਿਛਲੇ ਦਿਨਾਂ ਦੇ ਵਿੱਚ ਦੇਖ ਰਹੇ ਸੀ ਕਿ ਅਸੀਂ ਅੰਦਾਜ਼ੇ ਲਾ ਰਹੇ ਸੀ ਕਿ ਜਿਹੜੇ ਭਾ ਨੇ ਬਾਸਮਤੀ ਦੇ ਉਹ 5000 ਦੇ ਕਰੀਬ ਆ ਜਿਹੜੇ ਉਹ ਪ੍ਰਤੀ ਕੁਆਂਟਲ ਪਹੁੰਚ ਜਾਣਗੇ ਇਹ ਹੀ ਤੁਹਾਨੂੰ ਇਸ ਉਹਦੇ ਵਿੱਚ ਦੱਸਾਂਗੇ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਕਿ ਕਿਹੜੀ ਮੰਡੀ ਦੇ ਵਿੱਚ ਜਿਹੜਾ ਬਾਸਮਤੀ ਦਾ ਭਾਅ ਅੱਜ 4800 ਦੇ ਕਰੀਬ ਜਾਂ 4800 ਤੋਂ ਉੱਪਰ ਜਿਹੜਾ ਪਹੁੰਚ ਗਿਆ ਸੋ ਜਿਹੜੇ ਵੀਰ ਜੁੜਦੇ ਜਾਂਦੇ ਨੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਇਹ ਜਾਣਕਾਰੀ ਹੋਰ ਨਾਲ ਕਿਸਾਨ ਵੀਰਾਂ ਤੱਕ ਵੀ ਜੜੀ ਪੁੱਜ ਸਕੇ ਤੇ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਨੇ ਆ ਕਿ ਅੱਜ ਜਿਹੜੇ ਭਾਅ ਰਹੇ ਨੇ ਬਾਸਮਤੀ ਦੇ ਕਿਹੜੀ ਮੰਡੀ ਦੇ ਵਿੱਚ ਕੀ ਭਾ ਰਿਹਾ ਤਾਂ ਤੁਹਾਨੂੰ ਦੱਸਦੇ ਆ ਕਿ ਅੱਜ ਜਿਹੜਾ ਇੱਕ ਵਾਰ ਆਪਾਂ ਪੰਜਾਬ ਦੀਆਂ ਮਲੋੜ ਤੇ ਮੁਕਸਰ ਮੰਡੀ ਦੀ ਗੱਲ ਕਰਦੇ ਆ ਕਿ ਉੱਥੇ ਜਿਹੜੇ ਭਾਅ ਕੀ ਰਹੇ ਨੇ ਫਿਰ ਉਹਨਾਂ ਮੰਡੀਆਂ ਦੀ ਗੱਲ ਵੀ ਕਰਾਂਗੇ ਜਿੱਥੇ ਜਿਹੜੇ ਭਾਅ ਨੇ 4800 ਤੋਂ ਉੱਪਰ ਜਿਹੜੇ ਚਲੇ ਗਏ ਨੇ ਤੇ ਮਲੋਟ ਮੰਡੀ ਦੀ ਗੱਲ ਕਰਦੇ ਆਂ ਸਭ ਤੋਂ ਪਹਿਲਾਂ ਇੱਥੇ 11 21 ਦਾ ਭਾਅ ਜਿਹੜਾ ਰਿਹਾ ਉਹ 4455 ਰੁਪਏ ਪ੍ਰਤੀ ਕੁਆਂਟਲ ਰਿਹਾ ਤੇ 17 18 ਦਾ ਭਾਅ ਜਿਹੜਾ ਰਿਹਾ ਉਹ 4000 ਰੁਪਏ ਪ੍ਰਤੀ ਕੁਆਂਟਲ ਰਿਹਾ ਕੁਝ ਦੋਸਤ ਕਹਿੰਦੇ ਨੇ ਕਿ 1847 ਦਾ ਜਾਂ 1401 ਦੇ ਭਾਅ ਵੀ ਜਾਂ 1509 ਦੇ ਭਾਅ ਤੋਂ ਵੀ ਜਿਹੜੇ ਦੱਸੇ ਜਾਣ ਸੋ 1847 ਦੇ ਭਾਅ ਦੀ ਗੱਲ ਕਰੀਏ ਤਾਂ 3250 ਰੁਪਏ ਪ੍ਰਤੀ ਕੁਆਂਟਲ ਰਿਹਾ ਜੀ ਤੇ 1401 ਦਾ ਭਾਅ ਜਿਹੜਾ ਰਿਹਾ ਉਹ 4200 ਰੁਪਏ ਪ੍ਰਤੀ ਕੁਆਂਟਲ ਰਿਹਾ ਇੱਥੇ ਤੇ 1509 ਦਾ ਭਾਅ ਜਿਹੜਾ 3550 ਰੁਪਏ ਪ੍ਰਤੀ ਕੁਆਂਟਲਾ ਜਿਹੜਾ ਰਿਹਾ ਤੇ ਮੁਕਸਰ ਮੰਡੀ ਦੀ ਗੱਲ ਕਰੀਏ ਤਾਂ ਇੱਥੇ ਜਿਹੜਾ ਭਾਅ ਰਿਹਾ 17 18 ਦਾ ਉਹ 4100 ਰੁਪਏ ਪ੍ਰਤੀ ਕੁਆਂਟਲ ਰਿਹਾ ਇੱਥੇ ਜਿਹੜੀ ਮੰਦੀ ਦਰਜ ਕੀਤੀ ਗਈ ਆ 10 11 ਰੁਪਏ ਦੇ ਕਰੀਬ ਤੇ 1401 ਦਾ ਭਾਅ ਇੱਥੇ 4260 ਰੁਪਏ ਪ੍ਰਤੀ ਕੁਆਂਟਲ ਰਿਹਾ 1509 ਦੇ ਭਾਅ ਦੀ ਗੱਲ ਕਰੀਏ ਤਾਂ 3600 ਰੁਪਏ ਪ੍ਰਤੀ ਕੁਆਂਟਲ ਰਿਹਾ ਤੇ 11 21 ਦਾ ਭਾਅ ਜਿਹੜਾ ਉਹ 4555 ਰੁਪਏ ਪ੍ਰਤੀ ਕੁਆਂਟਲ ਰਿਹਾ 1847 ਦਾ ਭਾਅ ਦੋਸਤੋ ਇਸ ਮੰਡੀ ਦੇ ਵਿੱਚ 3300 ਰੁਪਏ ਪ੍ਰਤੀ ਕੁਆਂਟਲ ਆ ਜਿਹੜਾ ਉਹ ਰਿਹਾ ਜੀ ਅਮਰਸਰ ਮੰਡੀ ਦੀ ਗੱਲ ਕਰੀਏ ਤਾਂ ਇੱਥੇ 11 21 ਦਾ ਭਾਅ 4650 ਰੁਪਏ ਪ੍ਰਤੀ ਕੁਆਂਟਲ ਤੇ 17 18 ਦਾ ਭਾਅ 4265 ਰੁਪਏ ਪ੍ਰਤੀ ਕੁਆਂਟਲ ਤੇ 1509 ਦਾ ਭਾਅ ਜਿਹੜਾ ਉਹ 3400 ਰੁਪਏ ਪ੍ਰਤੀ ਕੁਆਂਟਲ ਰਿਹਾ ਹੈ 18 47 ਦੀ ਗੱਲ ਕਰੀਏ ਤਾਂ 3200 ਰੁਪਏ ਪ੍ਰਤੀ ਕੁਆਂਟਲ ਜਿਹੜਾ ਭਾਅ ਰਿਹਾ ਹੈ ਜੀ ਜੀ ਹਾਂ ਫਾਜ਼ਲਕਾ ਦੀ ਬੋਰ ਮੰਡੀ ਦੀ ਗੱਲ ਕਰੀਏ ਤਾਂ 1121 ਦਾ ਭਾਅ ਜਿਹੜਾ ਰਿਹਾ ਉਹ 4311 ਰੁਪਏ ਪ੍ਰਤੀ ਕੁਆਂਟਲ ਹੈ ਤੇ 1509 ਦਾ ਭਾਅ ਜਿਹੜਾ 3150 ਰੁਪਏ ਪ੍ਰਤੀ ਕੁਆਂਟਲ ਹੈ ਮਾਨਸਾ ਦੀ ਬਰੇਟਾ ਮੰਡੀ ਦੀ ਵਿੱਚ 1121 ਦਾ ਭਾਅ 4344 ਰੁਪਏ ਪ੍ਰਤੀ ਕੁਆਂਟਲ ਦਸੂਹਾ ਦੇ ਵਿੱਚ ਜਿਹੜਾ 1121 ਦਾ ਭਾਅ ਮਾਫ ਕਰਨਾ ਧੂਰੀ ਦੇ ਵਿੱਚ ਜਿਹੜਾ 1121 ਦਾ ਭਾਅ ਉਹ 4570 ਰੁਪਏ ਪ੍ਰਤੀ ਕੁਆਂਟਲ ਰਿਹਾ ਧੂਰੀ ਦੇ ਵਿੱਚ 1509 ਦਾ ਭਾਅ ਜਿਹੜਾ 3700 ਰੁਪਏ ਪ੍ਰਤੀ ਕੁਆਂਟਲ ਰਿਹਾ ਤੇ ਗਿੱਦੜਪਾਹਾ ਦੇ ਵਿੱਚ ਜਿਹੜਾ 1121 ਦਾ ਭਾਅ ਰਿਹਾ ਉਹ 4325 ਰੁਪਏ ਪ੍ਰਤੀ ਕੁਆਂਟਲ ਰਿਹਾ ਫਾਜ਼ਿਲਕਾਦੀ ਜਲਾਲਾਬਾਦ ਮੰਡੀ ਦੇ ਵਿੱਚ ਜਿਹੜਾ 1121 ਦਾ ਭਾਅ ਰਿਹਾ ਉਹ 4400 ਰੁਪਏ ਪ੍ਰਤੀ ਕੁਆਂਟਲ ਰਿਹਾ ਗੁਰਦਾਸਪੁਰ ਦੀ ਕਨੂਵਾਲ ਮੰਡੀ ਦੇ ਵਿੱਚ 1121 ਦਾ ਭਾਅ 4350 ਰੁਪਏ ਪ੍ਰਤੀ ਕੁਆਂਟਲ ਰਿਹਾ ਜੀ ਤੇ ਤਰਨਤਾਰਨ ਦੇ ਵਿੱਚ ਜਿਹੜਾ ਸਭ ਤੋਂ ਜ਼ਿਆਦਾ ਭਾਜ ਜ ਦਰਜ ਕੀਤਾ ਗਿਆ 1121 ਦਾ 4875 ਰੁਪਏ ਪ੍ਰਤੀ ਕੁਆਂਟਲ ਰਿਹਾ ਜੀ ਹਾਂ 1121 ਦਾ ਭਾਜ ਜ ਰਾ ਤਰਨਤਾਰਨ ਦੇ ਵਿੱਚ ਅੱਜ ਸਭ ਤੋਂ ਜ਼ਿਆਦਾ 4875 ਰੁਪਏ ਪ੍ਰਤੀ ਕੁਆਂਟਲ ਰਿਹਾ ਤੇ ਜੇਕਰ ਹਰਿਆਣਾ ਦੀਆਂ ਮੰਡੀਆਂ ਦੀ ਗੱਲ ਕਰੀਏ ਤਾਂ ਫਤਿਆਬਾਦ ਮੰਡੀ ਦੇ ਵਿੱਚ 11 17 18 ਦਾ ਭਾਜ ਰਿਹਾ 4190 ਰੁਪਏ ਪ੍ਰਤੀ ਕੁਆਂਟਲ ਤੇ 1509 ਦਾ ਭਾ 3810 ਰੁਪਏ ਪ੍ਰਤੀ ਕੁਆਂਟਲ ਜਿਹੜਾ ਉਹ ਰਿਹਾ ਜੀ ਰੋहतक ਮੰਡੀ ਦੀ ਗੱਲ ਕਰੀਏ ਤਾਂ 1121 ਦਾ ਭਾਅ 4571 ਰੁਪਏ ਪ੍ਰਤੀ ਕੁਆਂਟਲ ਤੇ 1718 ਦਾ ਭਾਅ 4271 ਰੁਪਏ ਪ੍ਰਤੀ ਕੁਆਂਟਲ ਜਿਹੜਾ ਅੱਜ ਰਿਹਾ ਜੀ ਤੇ ਇਸ ਦੇ ਨਾਲ ਹੀ ਜੇਕਰ ਗੱਲ ਕਰੀਏ ਹੋਰਨਾਂ ਮੰਡੀਆਂ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀਆਂ ਮੰਡੀਆਂ ਨੇ ਉਚਾਣਾ ਮੰਡੀ ਦੀ ਤਾਂ ਉੱਥੇ 1718 ਦਾ ਭਾਅ 3951 ਰੁਪਏ ਤੇ 1121 ਦਾ ਭਾਅ 4611 ਰੁਪਏ ਪ੍ਰਤੀ ਕੁਆਂਟਲ ਤੇ 1847 ਦਾ ਭਾਅ 3431 ਰੁਪਏ ਪ੍ਰਤੀ ਕਵਾਂਟਲਾ ਜਿਹੜਾ ਉਹ ਰਿਹਾ ਜੀ ਕੋਟਾ ਮੰਡੀ ਦੇ ਵਿੱਚ ਜਿਹੜਾ 1509 ਦਾ ਭਾਅ ਉਹ 3450 ਰੁਪਏ ਪ੍ਰਤੀ ਕਵਾਂਟਲ ਰਿਹਾ ਤੇ 17 18 ਦਾ ਭਾਅ 4000 ਰੁਪਏ ਪ੍ਰਤੀ ਕਵਾਂਟਲ ਰਿਹਾ ਤੇ ਜੇਕਰ ਇੱਥੇ 11 21 ਦੇ ਭਾਅ ਦੀ ਗੱਲ ਕਰੀਏ ਤਾਂ ਉਹ 4000 ਰੁਪਏ ਪ੍ਰਤੀ ਕਵਾਂਟਲਾ ਜਿਹੜਾ ਉਹ ਰਿਹਾ ਜੀ ਤੇ ਨਾਲ ਹੀ ਜੇਕਰ ਗੱਲ ਕਰੀਏ ਸਰਸਾ ਮੰਡੀ ਦੀ ਤਾਂ ਉੱਥੇ 1509 ਦਾ ਭਾਅ 3543 ਰੁਪਏ ਪ੍ਰਤੀ ਕਵਾਂਟਲ ਤੇ 1401 ਦਾ ਭਾਅ 4300 45 ਰੁਪਏ ਪ੍ਰਤੀ ਕੁਆਂਟਲ ਰਿਹਾ ਇੱਥੇ ਜਿਹੜੀ ਤੇਜ਼ੀ ਦਰਜ ਕੀਤੀ ਗਈ ਆ ਤੇ 1847 ਦਾ ਭਾਅ 3220 ਰੁਪਏ ਪ੍ਰਤੀ ਕੁਆਂਟਲ ਜਿਹੜਾ ਰਿਹਾ ਸਰਸਾ ਦੀ ਐਲਨਾਬਾਦ ਮੰਡੀ ਦੇ ਵਿੱਚ ਜਿਹੜਾ 1509 ਦਾ ਭਾਅ 3500 ਰੁਪਏ ਪ੍ਰਤੀ ਕੁਆਂਟਲ ਰਿਹਾ ਤੇ ਸੋਨੀਪਾਦ ਦੇ ਵਿੱਚ 1121 ਦਾ ਭਾਅ 4581 ਰੁਪਏ ਪ੍ਰਤੀ ਕੁਆਂਟਲਾ ਜਿਹੜਾ ਉਹ ਰਿਹਾ ਜੀ ਇਸ ਦੇ ਨਾਲ ਹੀ ਨੀਲੋ ਖੇੜੀ ਦੇ ਵਿੱਚ 1121 ਦਾ ਭਾਅ 4300 ਰੁਪਏ ਪ੍ਰਤੀ ਕੁਆਂਟਲ ਤੇ 1509 ਦਾ ਭਾਅ 3400 21 ਰੁਪਏ ਪ੍ਰਤੀ ਕੁਆਂਟਲ ਰਿਆ ਤੇ ਜੇਕਰ ਕੈਥਲ ਦੀ ਪਾਲੀ ਦੀ ਗੱਲ ਕਰੀਏ ਤਾਂ 1121 ਦਾ ਭਾਅ ਇੱਥੇ ਜਿਹੜਾ 4300 ਪਿਪਲੀ ਦੀ ਗੱਲ ਕਰੀਏ ਤਾਂ 1121 ਦਾ ਭਾਅ ਜਿਹੜਾ ਇੱਥੇ 4381 ਰੁਪਏ ਪ੍ਰਤੀ ਕੁਆਂਟਲ ਹੈ ਜਿਹੜਾ ਉਹ ਰਿਹਾ ਜੀ ਸੋ ਇਹ ਸੀ ਦੋਸਤੋ ਅੱਜ ਦੀਆਂ ਪੰਜਾਬ ਤੇ ਹਰਿਆਣਾ ਦੀਆਂ ਬਾਸਮਤੀ ਦੇ ਭਾਅ ਵੀਡੀਓ ਨੂੰ ਜਤ ਜਿਆਦਾ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਕਿਸਾਨਾਂ ਦੇ ਨਾਲ ਤੇ ਇਹ ਜਾਣਕਾਰੀ ਉਹਨਾਂ ਤੱਕ ਪੁੱਜ ਸਕੇ